अमृतसर दे विच हालात दिन प्रतिदिन बदतों बदतर हुंदे जा रहे ने। आए दिन लुट खोह ते चोरी ते कुटमार दे मामले लगातार सामने आ रहे ने। शहर वासियां दे मनां दे विच वी डर दा माहौल पैदा हुंदा जा रहा है। लोग घरों निकलन तों वी डरदे ने। ताज़ा मामला अमृतसर दे थाणा डी डिवीजन तों महज 200 मीटर दी दूरी दा सामने आया, जिथे एक मोटरसाइकिल सवार दे वल्लों कार चालक दे नाल बुरी तरीके दे नाल झगड़ा करके उसकी कार तोड़ी गई ते उस दे नाल कुटमार की गई। इस दे नाल ही बचाव लई आए राहगीरां दे नाल भी उसने बुरी तरीके दे नाल कुटमार की है। इस संबंधी जानकारी दिंदिया कार चालक राकेश अरोड़ा ने दस्सिया कि ब्यास तों अमृतसर अपने घर दे विच आए सन अते थाणा डी डिवीजन तों थोड़ी ही दूरी ते लाहौरी गेट चौंक दे नज़दीक उन्हां दी कार दे अगे अचानक एक मोटरसाइकिल आके रुक गया ते उन्हां दे नाल झगड़न लग पिया। उन्हें कहा कि जो कारण पूछा तो मोटरसाइकिल वाले ने गल आखी है कि उसकी मोटरसाइकिल दे विच इन्हां ने कार की साइड मारी है। कार चालक राकेश अरोड़ा ने कहा कि मेरा परिवार कार दे विच नाल होण करके मैं मोटरसाइकिल चालक तो बिना गल की ही माफ़ी मंगता रहा, पर उसने कार का शीशा तोड़ दिता तो उसके कोलों कार खोण की भी कोशिश की है। बच बचाव लिए आए राहगीरां दे नाल भी उसके वालों कुटमार की गई है। कोट 10 नंबर गली से ते यही ये मांग मेरी, वो बदमाश नशा किता होया मोटरसाइकिल इन्नी तेज ते मैं ही सब कहनी है गड्डी दे पैसे भी भरे शीशा जिन्ने तोड़या वा जो भी है निकल बाहर निकल साडे हाथी भी पए आ दीदी ने भी हाथी पए मेरे बच्चे ने भी हाथी पए हो ਮੈਨੂੰ ਇਨਸਾਫ ਚਾਹੀਦਾ ਜੇ ਤੇ ਇੱਕਦਮ ਹੀ ਇੱਥੇ ਜਾਨੀ ਗੇਟ ਕੋਲੋਂ ਮੁੰਡੇ ਆਏ ਨੇ ਗੱਡੀ ਲੋਰੀ ਗੇਟ ਕੋਲ ਮੁੰਡੇ ਆਏ ਹੈ ਤੇ ਗੱਡੀ ਦੇ ਅੱਗੇ ਆ ਕੇ ਉਹਨਾਂ ਨੇ ਆਪਣਾ ਸਕੂਟੀ ਸੁੱਟ ਕੇ ਤੇ ਸਾਡੀ ਗੱਡੀ ਨੂੰ ਉਹਨਾਂ ਨੇ ਖੋਮ ਮਾਰ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਜਾਣਦੇ ਸੀ ਉਹ ਬੰਦਿਆਂ ਨੂੰ? ਨਹੀਂ ਅਸੀਂ ਬਿਲਕੁਲ ਨਹੀਂ ਜਾਣਦੇ ਸੀ, ਸਾਡੇ ਲਈ ਬਿਲਕੁਲ ਅਣਜਾਣ ਸੀ। ਭਰਾ ਮੇਰੇ ਨੂੰ ਕਹਿੰਦੇ ਗੱਡੀ ਦਾ ਦਰਵਾਜ਼ਾ ਖੋਲ ਤੂੰ ਬਾਹਰ ਆ ਤੈਨੂੰ ਛੱਡਣਾ ਨਹੀਂ ਹੈਗਾ, ਸਾਡੀ ਗੱਡੀ ਆਪਣੀ ਹੈਗੀ ਆ। ਤੇ ਉਹ ਅੱਗੇ ਉਹਨੇ ਮਾਫ਼ੀ ਵੀ ਮੰਗੀ ਕਹਿੰਦਾ ਵੀਰ ਵੈਸੇ ਤਾਂ ਮੇਰੀ ਗਲਤੀ ਨਹੀਂ ਲੇਕਿਨ ਚਲੋ ਮੇਰੇ ਕੋਲ ਜੋ ਵੀ ਹੋਏ ਮੈਂ ਤੇਰੇ ਕੋਲ ਮਾਫ਼ੀ ਮੰਗਣਾ ਵਾ। ਲੇਕਿਨ ਉਹਨਾਂ ਦੇ ਖੂਨ ਸਵਾਰ 'ਚ ਉਹਨਾਂ ਨੇ ਬਿਲਕੁਲ ਗੱਡੀ ਦੇ ਪਹਿਲਾਂ ਅੱਗੇ ਵਾਲੀ ਖਿੜਕੀ ਭੰਨੀ ਵੀ ਬਾਹਰ ਆਵੇ ਕਿਸੇ ਤਰ੍ਹਾਂ ਇਹਨੂੰ ਛੱਡੀਏ ਨਾ। ਅੰਦਰੋਂ ਸਾਡੇ ਬੱਚੇ ਵੀ ਸੀ ਨਾਲ, ਉਹਨਾਂ ਨੇ ਵੀ ਸ਼ੋਰ ਪਾਇਆ। ਇਹ ਵੀ ਕਹਿ ਵੀਰ ਆਈ ਦੇਖੋ ਹੱਥ ਜੋੜਨੇ ਤੇਰੇ ਪੈਰਾਂ ਦੇ ਮਾਫ਼ੀ ਮੰਗਣੇ, ਸਾਨੂੰ ਜਾਣਦੇ ਸਾਡੀ ਕੋਈ ਗਲਤੀ ਨਹੀਂ ਹੈਗੀ। ਪਰ ਉਹਨਾਂ ਦੇ ਖੂਨ ਸਵਾਰ 'ਚ ਪਿੱਛੋਂ ਆ ਕੇ ਗੱਡੀ ਦਾ ਸਾਰਾ ਸ਼ੀਸ਼ਾ ਤੋੜਿਆ। फैमिली वाले है बचान की सानू पूरी कोशिश की, जनानिया की और मुंडे की गल नहीं सुन दिया। फैमिली वाले है, बच्चे भी रो रहे हैं, लेडीज भी रो रही ने। इन्हें इंसानियत के नाते साडा साथ देने की कोशिश की थी, उन्होंने भी मार सुट के चले गए। ਤੁਸੀਂ ਕਿੱਥੇ ਰਹਿੰਦੇ ਹੋ, ਕਿੱਥੇ ਜਾ ਰਹੇ ਸੀ? ਅਸੀਂ ਬਿਆਸ ਤੋਂ ਆਏ ਹਾਂ, ਅਸੀਂ ਨਵਾਂਕੋਟ ਰਹਿੰਦੇ ਹਾਂ ਤੇ ਅਸੀਂ ਘਰ ਆਪਣੇ ਜਾ ਰਹੇ ਸੀ ਬਿਆਸ ਤੋਂ ਵਾਪਸ। ਹੁਣ ਤੁਸੀਂ ਪੁਲਿਸ ਕੰਪਲੇਂਟ ਕੀਤੀ ਹੈ ਲਾਗੇ ਥਾਣਾ ਪੈਂਦਾ ਲੋਰੀ ਗੇਟ ਕੀਤੀ, ਉਸੇ ਲਈ ਅਸੀਂ ਕੰਪਲੇਂਟ ਕੀਤੀ ਹੈਗੀ ਹੈ। ਮੌਕੇ ਤੇ ਪੁਲਿਸ ਪਹੁੰਚੀ, ਪੁਲਿਸ ਪੂਰਾ ਸਹਿਯੋਗ ਵੀ ਕਰਦੀ ਹੈ। ਪੁਲਿਸ ਨੇ ਕੀ ਕਿਹਾ? ਉਸ ਦੇ ਅੰਤ ਤੱਕ ਉਹ ਭੱਜ ਚੁੱਕੇ ਹੋਏ ਸੀ, ਕਿਉਂਕਿ ਜਦੋਂ ਹੀ ਇਹਨੇ ਵੀਰ ਨੂੰ ਇਹਨਾਂ ਨੇ ਮੰਨ ਦੀ ਕੋਸ਼ਿਸ਼ ਕੀਤੀ ਹੈਗੀ, ਉਹਨੇ ਇਹਨੇ ਸਾਨੂੰ ਕਿਹਾ ਤੁਸੀਂ ਅੰਦਰ ਹੀ ਬੈਠੇ ਰਹੋ, ਤੁਸੀਂ ਆਪਣੀ ਗੱਡੀ ਲੈ ਕੇ ਚਲ ਜਾਓ, ਮੈਂ ਇਹਨਾਂ ਨੂੰ ਵੇਖ ਲੈਣਾ। ਉਹ ਇਹਨਾਂ ਨੂੰ ਗੱਡੀ ਦੀ ਚਾਬੀ ਲੈ ਕੇ ਵੀ ਭੱਜ ਗਏ ਨੇ ਆਪਣੀ। ਹਾਂਜੀ, ਵੀ ਇਹੀ ਤੁਹਾਡਾ ਪੂਰਾ ਨਿਆਂ ਕੀਤਾ ਜਾਏਗਾ। ਲੜਾਈ ਦਾ ਕਾਰਨ ਕੀ ਆ? ਕੋਈ ਰੰਜੀ ਸੀ ਕਿ ਵੈਸੇ ਹੀ? ਕੁਛ ਨਹੀਂ, ਇਸ ਬਿਲਕੁਲ ਅਨਨੋਨ, ਅਸੀਂ ਕਿਸੇ ਨੂੰ ਨਹੀਂ ਜਾਣਦੇ, ਅਸੀਂ ਫੈਮਿਲੀ ਵਾਲੇ ਹੈਗੇ ਆ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ, ਕੋਈ ਕੁਛ ਨਹੀਂ। ਘਰ ਮੇਰਾ ਬ੍ਰਦਰ ਚਲਾ ਰਿਹਾ ਸੀ, ਉਹਨਾਂ ਨੇ ਮੋਟਰਸਾਈਕਲ ਨਾਲ ਕਾਰ ਟੱਚ ਹੋਈ ਸੀ? ਨਹੀਂ ਹੋਈ ਸੀ, ਉਹਨਾਂ ਨੇ ਬਿਲਕੁਲ ਆਪਣੇ ਆਪ ਆ ਕੇ ਥੱਲੇ ਸੁੱਟੀ ਹੈਗੀ, ਕੋਈ ਕਾਰ ਟੱਚ ਨਹੀਂ ਹੋਈ ਹੈ। ਜਿਵੇਂ ਟ੍ਰੈਫਿਕ ਹੈਗਾ ਸੀ ਤਾਂ ਉਹਨਾਂ ਨੇ ਆ ਕੇ ਅੱਗੇ ਸੁੱਟੀ, ਇਹਨੇ ਬ੍ਰੇਕ ਲਾਈ, ਉਹ ਇੰਨੇ ਚੀਜ਼ ਦੇ ਦੁਆਲੇ ਹੋ ਗਏ। ਸਾਨੂੰ ਨਿਆਂ ਦਿੱਤਾ ਜਾਵੇ, ਇਹ ਵੀਰ ਨੂੰ ਨਿਆਂ ਦਿੱਤਾ ਜਾਵੇ ਜਿਹਨੇ ਇਹਨੇ ਸਿਰ ਪਾੜ ਗਏ ਨੇ, ਇਹਦੀ ਖੂਨ ਲਹੂ ਲਵਾਨ ਕੀਤਾ ਹੈਗਾ ਇਹ। ਮੇਰਾ ਨਾਂ ਰਾਕੇਸ਼ ਅਰੋੜਾ, ਮੈਂ ਨਵੇਂਕੋਟ ਦਾ ਵਾਸੀ ਹਾਂ। ਮੈਂ ਗੱਡੀ ਚਲਾ ਕੇ ਆਉਣ ਡਿਆ ਹਾਂ ਬਾਹਰੋਂ ਆਪਣੀ ਫੈਮਿਲੀ ਦੇ ਨਾਲ। ਲੋਹਰੀ ਗੇਟ ਚੌਂਕ ਦੇ ਵਿੱਚ ਉਹ ਦੋ ਮੁੰਡੇ ਆਏ ਨੇ, ਉਹ ਆਏ ਖੋਹ ਕਰਨ ਦੇ ਇਰਾਦੇ ਨਾਲ ਹੀ। ਉਹ ਆਏ ਨੇ ਮੇਰੇ ਅੱਗੇ ਗੱਡੀ ਸੁੱਟ ਕੇ ਆਪਣਾ ਮੋਟਰਸਾਈਕਲ, ਅਤੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਆਪਾਂ ਉਹਨੂੰ ਕਿਹਾ ਤੇਰੇ ਨਾਲ ਗੱਡੀ ਲੱਗੀ ਨਹੀਂ ਹੈਗੀ, ਜੇ ਤੈਨੂੰ ਲੱਗਦਾ ਕਿ ਲੱਗੀ ਹੈ ਤਾਂ ਵੀ ਮੈਂ ਤੇਰੇ ਕੋਲ ਮਾਫ਼ੀ ਮੰਗਦਾ ਵਾਂ। ਉਹਨਾਂ ਦੇ ਸਿਰ 'ਤੇ ਖੂਨ ਸਵਾਰ ਹੈਗਾ ਸੀ ਭਾਈ, ਉਹ ਗੱਡੀ ਦਾ ਸ਼ੀਸ਼ਾ ਭੰਨ ਗਏ ਪਹਿਲਾਂ, ਉਸ ਤੋਂ ਬਾਅਦ ਉਹ ਗੱਡੀ ਦੀ ਉਹ ਚਾਬੀ ਵੀ ਖੋਹ ਕੇ ਭੱਜ ਗਏ ਜੀ।
उस तो बाद वीर मैनू छड़ान आया ही भी भाई माफ़ी मंगने तो रहन दे रहन दे उन्हें नहीं वेख्या आता और डब जे बच्चे पिस्टल भी है और सिर पर बट बुट मार के भाजी गए चाबी लैके भाजी गए भाजी हाँ जी चाबी भी लैके मैं बिल्कुल नहीं जानता उन्हों का मोटरसाइकिल इतने डिग्गा पाया और मोटरसाइकिल छड़ के भाजी गए मोटरसाइकिल पुलिस वाले लै गए इतने थाना डी डिवीजन वाले अंदर नशा किया उन्होंने बिल्कुल नशा किया है भाजी उन्होंने हथियार भाई उन्होंने को ले गए ही जी पिस्टल हैगी ही उन्होंने को बट मार के गए वेखो भा दे सिर के उ इस मामले दे विच थाना डी डिवीजन दे पुलिस अधिकारी ने कहा कि लाहौरी गेट के नज़दीक मोटरसाइकिल सवार दो नौजवानों के वालों राकेश अरोड़ा नामक व्यक्ति की कार के उपर हमला किया गया एक गज्जन सिंह नाम व्यक्ति नू जख्मी किया गया फिलहाल पुलिस ने मोटरसाइकिल अपने कब्जे दे विच ले लिया तो मोटरसाइकिल RTO दफ्तर वेरीफाई करके जल्द ही आरोपियों की भाल की जाएगी तो उन्होंने खिलाफ सख्त कार्रवाई की जाएगी ब्यूरो रिपोर्ट एयर TV और पंजाब हरियाणा लाइव जी साढ़े को सू राहगीर ने किसी ने तलाह दी ही कि दो एक मोटरसाइकिल दो नौजवान सवार ही उन्हों का कोई जाइलो गड्डी ही उन्होंने झगड़ा आया ही असं मौके पर गए जो जिन चिर मौके पर गए अभी वो बंदे गए मोटरसाइकिल छड़ के तो मोटरसाइकिल भज गया आप मोटरसाइकिल तो दो जने सवार सी जाइलो गड्डी तो असी बैक शीशा तोड़ता उन्होंने लड़ाई का कारण मामूली कितने टच कर गया उन्हों का जाइलो गड्डी के मोटरसाइकिल तो वो एक नौजवान जोड़ा वो ज़्यादा कि होगा कि उन्हें बड़ा उन्होंने मिसबिहेव किया एक नौजवान का सिर पाटा वो गज्जन गज्जन मुंडा है गज्जन सन ऑफ नंद चर्च वाली गली आ खाई महला वह सिर सट लगी उन्होंने डाक्टर देता मोटरसाइकिल लैके थाने आए हैं जी बाकी तस्दीक करके सवेरे DTO ब्रांच तो जो बनती कार्रवाई करता चाबी इस बारे नहीं कोई पता लगा चाबी बारे नहीं कोई लगाई गल कोई सामने आने वेखे जो कार्रवाई बनो कर देंगे।